Thank you, Jesus. Tarifu. Hallelujah. Rabbara shakatana la rabbara. Rikitin niliri buru shikitin niliri biri. Thank you, Jesus. Samarthi Parmeshwar tera dhanyavadu. Tarifu. Rakha thana la rabara. Rikitin niliri biri shikitin niliri biri. ਸੋ ਸਭ ਜਣ ਆਪਣੇ ਹੋਠਾਂ ਨੂੰ ਖੋਲਦਿਆਂ ਹੋਇਆਂ ਪਰਮੇਸ਼ੁਰ ਦਾ ਧੰਨਵਾਦ ਕਰਦਿਆਂ, ਤਾਰੀਫ ਕਰਦਿਆਂ ਹੋਇਆਂ, ਥੈਂਕ ਯੂ ਜੀਸਸ ਕਹਿੰਦਿਆਂ ਕਿ ਪਰਮੇਸ਼ੁਰ ਤੇਰਾ ਧੰਨਵਾਦ ਹੋ। ਸਭ ਜਣ ਇੱਕ ਇੱਕ ਪਰਮੇਸ਼ੁਰ ਦੇ ਭਲੇ ਕੰਮ ਨੂੰ ਜੋ ਤੁਹਾਡੇ ਜੀਵਨਾਂ ਵਿੱਚ ਕੀਤੇ ਪਰਮੇਸ਼ੁਰ ਨੂੰ ਯਾਦ ਕਰਦਿਆਂ ਧੰਨਵਾਦ ਕਰੋ। ਕਹੋ ਕਿ ਪਰਮੇਸ਼ੁਰ ਮੈਂ ਤੇਰਾ ਧੰਨਵਾਦ ਕਰਦਾ ਪਿਤਾ, ਤੇਰੀ ਹਰ ਇੱਕ ਬਰਕਤ ਦੇ ਲਈ, ਤੇਰੀ ਹਰ ਇੱਕ ਭਲਾਈ ਦੇ ਲਈ ਪਰਮੇਸ਼ੁਰ, ਜੋ ਤੂੰ ਮੈਨੂੰ ਪੂਰੀ ਰਾਤ ਸੰਭਾਲਿਆ ਪਿਤਾ, ਇਹਦਾ ਦਿਨ ਦਿਖਾਇਆ, ਆਪਣੀ ਜ਼ਿੰਦਾ ਪ੍ਰੈਜੈਂਸ ਦੇ ਵਿੱਚ ਲੈ ਕੇ ਆਉਂਦਾ ਪਰਮੇਸ਼ੁਰ। ਖੁਦਾਵੰਦ ਤੂੰ ਮੈਨੂੰ ਜ਼ਿੰਦਗੀ ਦਿੱਤੀ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰਦਾ। ਮੈਂ ਆਪਣੇ ਪਰਿਵਾਰ ਨੂੰ ਸਲਾਮਤੀ ਦੇ ਵਿੱਚ ਪਾਇਆ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰਦਾ ਪਿਤਾ। Thank you, Jesus. ਤੇਰੀਆਂ ਆਸ਼ੀਸ਼ਾਂ, ਤੇਰੀਆਂ ਬਰਕਤਾਂ ਦੇ ਲਈ ਪਿਤਾ, ਤੇਰੇ ਦਾਨਾਂ ਅਤੇ ਤੇਰੇ ਵਰਦਾਨਾਂ ਦੇ ਲਈ ਪਿਤਾ, ਤੇਰੇ ਪਵਿੱਤਰ ਆਤਮਾ ਦੇ ਨਾਲ ਭਰਨ ਦੇ ਲਈ ਪਰਮੇਸ਼ੁਰ, ਮੈਨੂੰ ਲੱਖਾਂ ਹਜ਼ਾਰਾਂ ਕਰੋੜਾਂ ਦੀ ਤਦਾਰ ਦੇ ਵਿੱਚੋਂ ਚੁਣਨ ਦੇ ਲਈ ਪਰਮੇਸ਼ੁਰ, ਮੈਨੂੰ ਛੂਹਣ ਦੇ ਲਈ ਖੁਦਾਵਨ ਖੁਦਾ ਪਿਤਾ, ਮੈਨੂੰ ਫਲਦਾਰ ਬਣਾਉਣ ਦੇ ਲਈ, ਮੈਨੂੰ ਪਾਪ 'ਚੋਂ ਕੱਢਣ ਦੇ ਲਈ, ਮੈਨੂੰ ਬੁਰਾਈ ਤੋਂ ਪਰਮੇਸ਼ੁਰ ਆਜ਼ਾਦ ਕਰਨ ਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਵਾਂ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰਦੀ ਪਿਤਾ। ਤੇਰਾ ਉਧਾਰ ਮੇਰੇ ਔਰ ਮੇਰੇ ਘਰਾਨੇ ਦੇ ਉੱਤੇ ਹੋਇਆ ਪਰਮੇਸ਼ੁਰ, ਖੁਦਾਵੰਦ ਮੈਂ ਵਿਸ਼ਵਾਸ ਕਰਦਾ ਤੇਰੇ ਵਚਨ ਦੇ ਵਿੱਚ ਲਿਖਿਆ ਤੂੰ ਬਚ ਅਤੇ ਤੇਰਾ ਘਰਾਨਾ ਬਚਾਇਆ ਜਾਏਗਾ। ਲੋਰਡ ਮੈਂ ਵਿਸ਼ਵਾਸ ਕਰਦਾ ਤੂੰ ਮੈਨੂੰ ਬਚਾਇਆ, ਤੂੰ ਮੇਰੇ ਘਰਾਨੇ ਨੂੰ ਵੀ ਬਚਾਵੇਂਗਾ ਪਿਤਾ। ਤੂੰ ਮੇਰੇ ਇੱਕ ਗੁੱਡ ਕਰੈਕਟਰ ਦਿੱਤਾ, ਇੱਕ ਅੱਛਾ ਨੇਚਰ ਦਿੱਤਾ ਪਰਮੇਸ਼ੁਰ, ਤੂੰ ਮੇਰੀ ਲਾਈਫ ਨੂੰ ਚੇਂਜ ਕੀਤਾ, ਮੈਨੂੰ ਫਲਦਾਰ ਬਣਾਇਆ ਪਰਮੇਸ਼ੁਰ, ਮੇਰੇ ਹਾਲਾਤਾਂ ਨੂੰ ਚੇਂਜ ਕੀਤਾ, ਤੂੰ ਮੈਨੂੰ ਵੱਡੀਆਂ ਵੱਡੀਆਂ ਗਵਾਹੀਆਂ ਦਿੱਤੀਆਂ ਪਰਮੇਸ਼ੁਰ। ਖੁਦਾਵੰਦ ਯਹੋਵਾ ਤੂੰ ਆਪਣਾ ਸਵਰਗ ਮੇਰੇ ਲਈ ਖੋਲ੍ਹਿਆ ਪਰਮੇਸ਼ੁਰ, ਖੁਦਾਵੰਦ ਖੁਦਾਵੰਦ ਤੂੰ ਹੈਵਨਲੀ ਬਰਕਤਾਂ ਦੇ ਨਾਲ ਮੈਨੂੰ ਬਲੈਸ ਕੀਤਾ, ਜਿਸ ਯੋਗ ਨਾ ਸੀ, ਜਿਸ ਲਾਇਕ ਨਾ ਸੀ, ਉਸ ਲਾਇਕ, ਉਸ ਯੋਗੇ ਤੂੰ ਮੈਨੂੰ ਬਣਾਇਆ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ੁਰ। ਥੈਂਕ ਯੂ ਜੀਸਸ। ਕਹੋ ਕਿ ਪਰਮੇਸ਼ੁਰ ਖੁਦਾਵੰਦ ਮੈਂ ਤੇਰਾ ਧੰਨਵਾਦ ਕਰਦਾ, ਮੈਂ ਫਾਈਨੈਂਸ਼ਲੀ ਬਲੈਸ ਹਾਂ ਪਿਤਾ, ਮੈਂ ਤੇਰਾ ਧੰਨਵਾਦ ਕਰਦਾ, ਮੇਰੇ ਪੇਟ ਦੇ ਫਲ ਨੂੰ ਤੂੰ ਬਰਕਤ ਦੇਣ ਜਾ ਰਿਹਾ ਪਰਮੇਸ਼ੁਰ, ਮੈਂ ਬਲੈਸ ਹਾਂ ਪਿਤਾ, ਤੂੰ ਮੈਨੂੰ ਆਸ਼ੀਸ਼ਿਤ ਕਰਨ ਜਾ ਰਿਹਾ ਪਰਮੇਸ਼ੁਰ, ਤੂੰ ਮੈਨੂੰ ਚੰਗਾ ਕਰਨ ਜਾ ਰਿਹਾ ਪਰਮੇਸ਼ੁਰ, ਅੱਜ ਦੇ ਦਿਨ 'ਚ ਮੈਂ ਤੇਰੇ ਵੱਡੇ ਵੱਡੇ ਕੰਮਾਂ ਨੂੰ ਦੇਖਣ ਜਾ ਰਿਹਾ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰਦਾ। ਅੱਜ ਤੂੰ ਮੇਰੇ ਲਈ ਬੰਦ ਰਸਤਿਆਂ ਨੂੰ ਖੋਲ੍ਹਣ ਜਾ ਰਿਹਾ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰਦਾ। ਪਵਿੱਤਰ ਆਤਮਾ ਤੁਹਾਡੀ ਪ੍ਰੈਜੈਂਸ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ, ਜੋ ਤੂੰ ਸਾਡੇ ਵਿੱਚ ਅਸੀਂ ਤੁਹਾਡਾ ਓਨਰ ਕਰਦੇ ਹਾਂ, ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ ਜੀ।
ਕਹੋ ਕਿ ਪਵਿੱਤਰ ਆਤਮਾ ਮੈਂ ਤੁਹਾਡਾ ਓਨਰ ਕਰਦਾ, ਮੈਂ ਤੁਹਾਡਾ ਸਵਾਗਤ ਕਰਦਾ ਪਵਿੱਤਰ ਆਤਮਾ। ਖੁਦਾਵੰਨ ਹਰ ਵਕਤ ਆਪਣੀ ਆਤਮਾ ਆਪਣੀ ਸਾਮਰ ਦੇ ਨਾਲ ਮੈਨੂੰ ਭਰਦਾ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰਦਾ ਪਵਿੱਤਰ ਆਤਮਾ। ਤੁਹਾਡੀ ਪ੍ਰੈਜੈਂਸ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ, ਤੁਹਾਡੇ ਆਉਣ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ, ਮੈਨੂੰ ਚਲਾਉਣ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਪਰਮੇਸ਼ੁਰ ਦੀ ਪ੍ਰੈਜੈਂਸ ਦੇ ਵਿੱਚ। ਮੈਨੂੰ ਸਿਖਾਉਣ ਦੇ ਲਈ, ਬਿਠਾਉਣ ਦੇ ਲਈ, ਪ੍ਰਾਰਥਨਾ ਕਰਨ ਦੇ ਲਈ ਮੈਨੂੰ ਇੱਕ ਡਿਵਾਈਨ ਹੈਲਪਰ ਪਰਮੇਸ਼ੁਰ ਤੂੰ ਮੈਨੂੰ ਦਿੱਤਾ, ਮੈਨੂੰ ਖੁਦਾਵੰਨ ਬੈਸਟ ਮਾਸਟਰ, ਗ੍ਰੇਟ ਮਾਸਟਰ, ਗ੍ਰੇਟ ਟੀਚਰ ਜੋ ਤੂੰ ਮੈਨੂੰ ਦਿੱਤਾ ਪਵਿੱਤਰ ਆਤਮਾ ਖੁਦਾਵੰਨ, ਉਹਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ੁਰ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਧੰਨਵਾਦ, ਧੰਨਵਾਦ, ਧੰਨਵਾਦ ਰਾਬਾ ਰਾ ਸ਼ਾਖਾ ਥਾਨਾ ਲਾ ਰਾਬਾ ਰਾ। ਪਰਮੇਸ਼ੁਰ ਦੀ ਪ੍ਰੈਜੈਂਸ ਸਾਡੇ ਵਿੱਚ ਮੌਜੂਦ ਹੈ, ਤੁਹਾਡਾ ਸਪਨਾ ਦਾ ਸਵਾਗਤ ਕਰਦੇ ਹਾਂ ਜੀਵਿਤ ਪਰਮੇਸ਼ੁਰ ਦੀ ਜੀਵਿਤ ਪ੍ਰੈਜੈਂਸ ਦੇ ਵਿੱਚ। ਜਿਹਨੇ ਜਾਨੀ ਨਾਲ ਪ੍ਰਾਰਥਨਾਵਾਂ ਨਾਲ ਜੁੜ ਰਹੇ ਹਾਂ, ਕਹੋ ਕਿ ਪਰਮੇਸ਼ੁਰ ਮੈਂ ਤੇਰਾ ਧੰਨਵਾਦ ਕਰਦਾ ਜੋ ਇਸ ਪ੍ਰਾਰਥਨਾਵਾਂ ਦੇ ਦੁਆਰਾ ਤੂੰ ਮੈਨੂੰ ਬਲੈਸ ਕਰ ਰਿਹਾ ਪਰਮੇਸ਼ੁਰ, ਮੈਨੂੰ ਸਿਖਾ ਰਿਹਾ, ਮੈਨੂੰ ਵਧਾ ਰਿਹਾ ਪਰਮੇਸ਼ੁਰ, ਤੂੰ ਮੈਨੂੰ ਗਵਾਹੀਆਂ ਨਾਲ ਖੜਾ ਕਰ ਰਿਹਾ, ਮੈਂ ਤੇਰਾ ਧੰਨਵਾਦ ਕਰਦਾ ਪਿਤਾ। ਸੋ ਸਭ ਜਨ ਅੱਜ ਦੀ ਇਸ ਪ੍ਰਾਰਥਨਾ ਨਾਲ ਆਪਣੀ ਸਪਿਰਿਟ ਤੋਂ ਜੁੜਨਾ, ਇਸ ਇਹਨਾਂ ਪ੍ਰਾਰਥਨਾਵਾਂ ਦੇ ਨਾਲ ਆਤਮਾ ਦੇ ਨਾਲ, ਬੁੱਧੀ ਦੇ ਨਾਲ ਪ੍ਰਾਰਥਨਾ ਕਰਨੀ। ਸੋ ਕਹੋ ਕਿ ਪਰਮੇਸ਼ੁਰ ਮੈਂ ਵਿਸ਼ਵਾਸ ਕਰਦਾ ਮੈਂ ਆਇਆ ਨਹੀਂ ਬਲਕਿ ਲਿਆਇਆ ਗਿਆ ਵਾਂ, ਕਿਉਂਕਿ ਇਹੀ ਪ੍ਰੈਜੈਂਸ ਤੁਹਾਡੀਆਂ ਜ਼ਿੰਦਗੀਆਂ ਨੂੰ ਚੇਂਜ ਕਰੇਗੀ, ਇਹੀ ਪਰਮੇਸ਼ੁਰ ਦੀ ਪ੍ਰੈਜੈਂਸ ਤੁਹਾਨੂੰ ਨਵਾਂ ਬਣਾਵੇਗੀ, ਇਸੇ ਪ੍ਰੈਜੈਂਸ ਦੇ ਦੁਆਰਾ ਤੁਸੀਂ ਮਸਾਂ ਤੁਸੀਂ ਅਭਿਸ਼ੇਕ ਦੇ ਨਾਲ ਭਰੋਂਗੇ, ਕਿਉਂਕਿ ਇਹੀ ਪ੍ਰੈਜੈਂਸ, ਇਹੀ ਮਸਾਂ, ਇਹੀ ਅਭਿਸ਼ੇਕ ਉਹਦੀ ਪ੍ਰੈਜੈਂਸ ਦੇ ਵਿੱਚ ਆਉਣਾ, ਆਪਣੇ ਸਮੇਂ ਨੂੰ ਬਿਤਾਉਣਾ ਪਰਮੇਸ਼ੁਰ ਦੇ ਲਈ, ਉਹਦੇ ਘਰ ਦੇ ਵਿੱਚ ਤੁਹਾਡਾ ਬੈਸਟ ਸਮਾਂ ਜੋ ਅੰਮ੍ਰਿਤ ਵੇਲੇ ਤਿਆਰੀ ਕਰਕੇ ਤੁਸੀਂ ਉਹਦੀ ਉਡੀਕ ਦੇ ਵਿੱਚ ਬੈਠਦੇ ਹਾਂ, ਆਪਣਾ ਸਭ ਕੁਝ ਛੱਡਦਿਆਂ ਹੋਇਆਂ ਪਰਮੇਸ਼ੁਰ ਦੇ ਹੱਥਾਂ 'ਚ ਆਪਣੇ ਆਪ ਨੂੰ ਦਿੰਦਿਆਂ ਹੋਇਆਂ, ਸਮਰਪਿਤ ਕਰਦਿਆਂ ਹੋਇਆਂ, ਉਹੀ ਪਰਮੇਸ਼ੁਰ ਤੁਹਾਨੂੰ ਉਸੇ ਮਸਾਂ ਜੋ ਮਸਾਂ ਤੁਹਾਡੀ ਲਾਈਫ 'ਤੇ ਰਿਲੀਜ਼ ਕਰਦਾ, ਉਹਨਾਂ ਦੇ ਦੁਆਰਾ ਤੁਹਾਡੀਆਂ ਜ਼ਿੰਦਗੀਆਂ 'ਚੋਂ ਵੱਡੇ ਵੱਡੇ ਬੰਦਰਾਂ ਨੂੰ ਤੋੜਦਾ, ਕਰਸਿਸ ਤੋੜਦਾ, ਸ਼ਾਪ ਤੋੜਦਾ ਵਾ, ਤੁਹਾਡੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾਂਦੀਆਂ। ਸੋ ਕਹੋ ਕਿ ਪਰਮੇਸ਼ੁਰ ਅੱਜ ਮੈਨੂੰ ਆਪਣੀ ਪ੍ਰੈਜੈਂਸ ਦੇ ਵਿੱਚ ਆਪਣੇ ਮਸਾਂ ਦੇ ਨਾਲ ਭਰ ਦੇ ਪਰਮੇਸ਼ੁਰ, ਮੈਨੂੰ ਆਪਣੀ ਗ੍ਰੇਸ ਦੇ ਨਾਲ ਭਰ ਦੇ, ਆਪਣੇ ਅਨੁਗ੍ਰਹਿ ਦੇ ਨਾਲ ਭਰ ਦੇ, ਆਪਣੀ ਸਾਮਰ ਦੇ ਨਾਲ ਭਰ ਦੇ ਪਰਮੇਸ਼ੁਰ, ਆਪਣੀ ਆਤਮਾ ਦੇ ਨਾਲ ਭਰ ਦੇ, ਆਪਣੇ ਜੀਵਿਤ ਵਚਨ ਦੇ ਨਾਲ ਭਰ ਦੇ, ਆਪਣੀ ਗਲੋਰੀ ਦੇ ਨਾਲ ਮੈਨੂੰ ਭਰ ਦੇ ਪਰਮੇਸ਼ੁਰ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਰਿਬੇ ਰੇ ਸ਼ੇਕੇ ਥੇ ਨੇਲੇ, ਰਿਬੇ ਰੇ ਸ਼ੇਕੇ ਥੇ ਨੇਲੇ, ਰਿਬੇ ਰੇ ਸ਼ੇਕੇ ਥੇ ਨੇਲੇ, ਰਿਬੇ ਰੇ ਰੇਖੇ ਥੇ ਨੇਲੇ, ਰੇ ਬੋਰੋ ਸ਼ੇਕੇ ਥੇ ਨੇਲੇ, ਰਿਬੇ ਰੇ ਸ਼ੇਕੇ ਥੇ ਨੇਲੇ, ਰਿਬੇ ਰੇ ਸ਼ੇਕੇ ਥੇ ਨੇਲੇ, ਰਿਬੇ ਰੇ। ਸੋ ਸਭ ਜਣ ਆਪਣੇ ਆਪ ਨੂੰ ਅੱਜ ਦੇ ਵਰਡ ਦੇ ਲਈ ਤਿਆਰ ਕਰਦੇ ਹਾਂ, ਕਹਿੰਦੇ ਹਾਂ ਕਿ ਪਵਿੱਤਰ ਆਤਮਾ ਖੁਦਾਵੰਨ ਮੇਰੀ ਬੁੱਧੀ ਨੂੰ ਛੂਓ, ਮੇਰੀ ਬੁੱਧੀ ਨੂੰ ਖੋਲੋ, ਮੈਨੂੰ ਵਿਜ਼ਡਮ ਦਿਓ ਪਰਮੇਸ਼ੁਰ, ਈਸ਼ਵਰੀ ਖੁਦਾਵੰਨ ਬੁੱਧੀ ਦੇ ਨਾਲ ਮੈਨੂੰ ਬਲੈਸ ਕਰੋ ਪਰਮੇਸ਼ੁਰ, ਅੱਜ ਦਾ ਤੇਰਾ ਵਚਨ ਦਾ ਮੈਂ ਓਨਰ ਕਰਦਾ, ਤੇਰੇ ਵਚਨ ਦਾ ਬੀਜ ਜਦ ਮੇਰੇ ਅੰਦਰ ਜਾਵੇ ਪਿਤਾ ਮੈਂ 100 ਗੁਣਾ ਫਲ ਲੈ ਕੇ ਆਵਾਂ, ਮੇਰੀ ਬੁਰਾਈ ਨੂੰ ਤੇਰਾ ਵਚਨ ਬਾਹਰ ਕੱਢੇ ਪਰਮੇਸ਼ੁਰ, ਮੇਰੇ ਪਾਪਾਂ ਤੋਂ ਮੈਨੂੰ ਆਜ਼ਾਦ ਕਰ, ਮੈਨੂੰ ਸ਼ੁੱਧ ਕਰੇ, ਮੈਨੂੰ ਸਾਫ਼ ਕਰੇ, ਮੈਨੂੰ ਜੀਵਿਤ ਵਿਵੇਕ ਦੇਵੇ ਖੁਦਾਵੰਨ, ਮੈਨੂੰ ਤੇਰੇ ਯੋਗੇ ਤੇਰੇ ਲਾਇਕ ਬਣਾਵੇ ਪਰਮੇਸ਼ੁਰ, ਅੱਜ ਦਾ ਤੇਰਾ ਵਚਨ ਪੇਜ ਕੇ ਮੈਨੂੰ ਚੰਗਿਆਂ ਕਰਤੇ ਆਉਣ ਵਾਲੀਆਂ ਸਾਰੀਆਂ ਤਬਾਹੀਆਂ ਤੋਂ ਬਚਾ ਪਰਮੇਸ਼ੁਰ। ਔਰ ਖੁਦਾਵੰਨ ਮੇਰੀ ਪ੍ਰਾਰਥਨਾ ਜਿੱਦਾਂ ਹੀ ਜਿੰਨੇ ਜਨ ਅੱਜ ਦੀ ਇਸ ਪ੍ਰਾਰਥਨਾ ਨੂੰ ਸੁਣਨ, ਅੱਜ ਦੇ ਵਰਡ ਨੂੰ ਪੜ੍ਹਨ ਔਰ ਸੁਣਨ, ਉਸ 'ਤੇ ਮਨਨ ਕਰਨ ਪਰਮੇਸ਼ੁਰ, ਇਹਨਾਂ ਦੀਆਂ ਜ਼ਿੰਦਗੀਆਂ, ਇਹਨਾਂ ਦੇ ਹਾਲਾਤ, ਇਹਨਾਂ ਦੇ ਘਰਾਨੇ ਸੇਵ ਨਾ ਰਹਿਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ। ਸੋ ਸਭ ਜਣ ਆਪਣੇ ਆਪ ਨੂੰ ਆਤਮਾ ਔਰ ਬੁੱਧੀ ਦੇ ਨਾਲ ਵਚਨ ਨੂੰ ਸੁਣਨ ਦੇ ਲਈ, ਪੜ੍ਹਨ ਦੇ ਲਈ ਰੈਡੀ ਹੋ ਜਾਓ, ਕਿਉਂਕਿ ਪਰਮੇਸ਼ੁਰ ਦੀ ਸਾਮਰਥਾ ਨੂੰ ਟੱਚ ਕਰੇਗੀ, ਉਹਦੇ ਵਚਨ ਸਾਨੂੰ ਛੁਡਾਉਂਦੇ, ਸਾਨੂੰ ਨਵਾਂ ਬਣਾਉਂਦੇ, ਸਾਨੂੰ ਆਸ਼ੀਸ਼ਿਤ ਕਰਦੇ, ਸਾਨੂੰ ਉੱਚਾ ਕਰਦੇ, ਸਾਨੂੰ ਰੂੜੀ ਤੋਂ ਚੱਕ ਕੇ ਪਤਵੰਤਾ ਵਿੱਚ ਬਿਠਾਉਂਦੇ। ਸੋ ਅੱਜ ਉਸ ਵਰਡ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਕਰੋ, ਔਰ ਮੇਰੇ ਨਾਲ ਇੱਕ ਮਨ ਹੋ ਕੇ ਅੱਜ ਦੇ ਇਸ ਵਚਨ ਨੂੰ ਪੜ੍ਹਾਂਗੇ, ਪਰਮੇਸ਼ੁਰ ਦਾ ਧੰਨਵਾਦ ਕਰਾਂਗੇ।
हे परमेश्वर तू मेरा परमेश्वर है, मैं दिल तो तेनू पालदा हाँ, मेरी जान तेरी तिहाई है, मेरा शरीर तेरे लिए तरसता है। सुकी अते बंजर धरती विच जिथे पानी नहीं है, ता मैं पवित्र स्थान विच तेरा दर्शन पाया, भाई मैं तेरा बल अते तेरी महिमा वेखा, इस लई कि तेरी दया जीवन नालों भी चंगी है। मेरे बुल तेरी उस्तत करनगे, सो अपने जीवन विच मैं तेनू मुबारक आखांगा, मैं तेरा नाम लैके अपने हाथ पसारांगा, जिवें चरबी अते थंध्याई नाल मेरा जी तृप्त होवेगा, अते जकारियां दे बुल्लां नाल मैं मेरा मुँह तेरी उस्तत करेगा। जिस वेले मैं अपने विछौने उत्ते तेनू याद करदा हाँ, अते रात दे पहरां विच तेरा धन्नवाद करदा हाँ, तू तो मेरा सहायक होया है, तेरे खंभां दी छां हेठ मैं जकारे गजावांगा, मेरा जी तेरे पिछे पिछे लग्या होया है, तेरा सज्जा हाथ मैनू संभालदा है। जिहड़े मेरी जान दी बर्बादी चाहुंदे हन, ओह धरती दे हेठलियां थावां विच चले जाणगे, ओह तलवार दे हवाले कीते जाणगे, ओह गिद्दड़ां दे हिस्से आउणगे, पर पातशाह परमेश्वर विच आनंद होवेगा। हर एक जिहड़ा ओहदी सौं खांदा है माण करेगा, पर छलियां दे मुँह बंद कीते जाणगे। सब बोलो आमीन आमीन। थैंक यू जीसस, सामर्थी परमेश्वर, तेरे इस वचन दे लई तेरा धन्यवाद करदे पिता। सचमुच परमेश्वर तू साडा सहायक होया है परमेश्वर पिता, असीं तेरे खंभा दी छां हेठ जकारां गुजावांगे परमेश्वर खुदावन। सचमुच पिता साडा दिल तेरे पिछे पिछे लग्या होया परमेश्वर, तेरा सज्जा हाथ सानू सदा ही संभालदा परमेश्वर खुदावन। असीं विश्वास करदे हां तू साडे विरोधियां दे सन्मुख साडे लई मेज सजाउणा पिता, जो सानू नाश करने चाहते परमेश्वर तू उन्हों नाश करता। पर सचमुच परमेश्वर तू ही मेरा परमेश्वर है खुदावन, मेरी जान तेरे लिए तिहाई, मेरा शरीर तेरे लिए तरसता है खुदावन। पिता अज मैनू तृप्त करन दे लिए मैं तेरा धन्यवाद करता परमेश्वर खुदावन। अज इस प्यासी नू पिलाउण दे लिए परमेश्वर अपने पवित्र आत्मा की सामर्थ दे द्वारा परमेश्वर मैं तेरा धन्यवाद करदा पिता, जो तू मैनू रोटी दित्ती अज दी रोज दी रोटी जीवन दी रोटी परमेश्वर खुदावन, उहदे लिए मैं तेरा धन्यवाद करदा पिता। सो कहो कि परमेश्वर सचमुच तू सामर्थी खुदा आ, तेरे तुल तेरे समान कोई नहीं है, तू सब देवी देवतियां चो महान आ परमेश्वर, क्योंकि तू ही मेरी चट्टान है, मेरा बचाव है खुदावन, तू ही मेरा उच्चा गढ़ है, मैं ना डोलांगा परमेश्वर खुदावन। मेरा बचाओ खुदावन तेरे वल्लों सामर्थी परमेश्वर खुदावन, तू मेरी चट्टान या तू मेरा सर्व शक्तिमान परमेश्वर, मैं तेरे विच पनाह लैंदा। सो कहिंदे हां कि परमेश्वर खुदावन अपने आप नूं रेडी करो फायर प्रार्थना दे लई, और कहो कि पिता मैं विश्वास करदा तेरे वचन दे विच लिखिया तेरे अभिषेक दे कारण झूले नाश हुंदे पिता, मैं तेरे कोड़े खाण नाल चंगा हो चुक्या परमेश्वर, तेरे लहू बहाउण नाल मैं खरीदिया जा चुक्या, तेरे सुसमाचार नाल मैं अमीर हो चुक्या परमेश्वर। मैं तेरा धन्यवाद करदा तेरी हर एक बरकत दे लई पिता, अज मैनूं अपनी आत्मा दे नाल पर, मैनूं अपनी सामर्थ दे नाल पर परमेश्वर, मैनूं ग्रेस दे, मैनूं अनुग्रह दे परमेश्वर, मेरे उत्ते दया कर दे पवित्र आत्मा, मेरे ते करुणा कर परमेश्वर, तेरी दया मैनूं घेर लवे खुदावन। और पिता मेरी प्रार्थना जिद्दां ही लोग अपने जुबानां नूं खोल के प्रार्थना कर रहे खुदावन,
ਤੇਰੇ ਹੌਲੀ ਗੋਸ ਦੀ ਫਾਇਰ ਇੱਕ ਜਨ ਦੇ ਉੱਤੇ ਉਤਰੇ ਪਰਮੇਸ਼ਰ, ਤੇਰੀ ਸਾਮਰਥ ਇਹਨਾਂ ਨੂੰ ਟੱਚ ਕਰੇ ਪਰਮੇਸ਼ਰ, ਜਿੰਨੀਆਂ ਦੁਸ਼ਟ ਆਤਮਾਵਾਂ ਪਰਮੇਸ਼ਰ ਖੁਦਾਵਨ ਇਹਨਾਂ ਦੇ ਘਰਾਂ ਪਰਿਵਾਰਾਂ 'ਚ ਇਹਨਾਂ ਦੀਆਂ ਜ਼ਿੰਦਗੀਆਂ 'ਚ ਇਹਨਾਂ ਨੂੰ ਛੱਡ ਕੇ ਜਾਣ ਸਾਮਰਥੀ ਪਰਮੇਸ਼ਰ, ਸਾਰੇ ਰੋਗੀਆਂ ਚੰਗੇ ਹੋ ਜਾਣ ਤੇਰੇ ਜੀਵਿਤ ਨਾਮ 'ਚ ਯਿਸੂ ਰਾਜਾ, ਤੇਰੀ ਮਹਾਨ ਦਇਆ ਜਿਹਨਾਂ 'ਤੇ ਆਵੇ ਪਰਮੇਸ਼ਰ, ਤੇਰੀ ਜੀਵਿਤ ਸਾਮਰਥ ਇਹਨਾਂ ਨੂੰ ਟੱਚ ਕਰੇ ਹੋਈ ਗੁਸ ਦੀ ਫਾਇਰ ਤੁਹਾਡੀਆਂ ਜ਼ਿੰਦਗੀਆਂ 'ਤੇ ਉਤਰੇ ਰਾਈਟ ਨਾਓ, ਪਵਿੱਤਰ ਆਤਮਾ ਦਾ ਮਸਾ ਤੁਹਾਨੂੰ ਘੇਰੇ ਰਾਈਟ ਨਾਓ, ਔਰ ਯਿਸੂ ਮਸੀਹ ਦੇ ਨਾਮ 'ਚ ਮੈਂ ਕਮਾਂਡ ਕਰਦੀ ਜਿੰਨੀਆਂ ਦੁਸ਼ਟ ਆਤਮਾ ਤੁਹਾਡੇ ਘਰਾਂ ਪਰਿਵਾਰਾਂ 'ਚ ਤੁਹਾਡੀਆਂ ਫੈਮਿਲੀਸ ਵਿੱਚ ਲੁਕੀਆਂ ਛੁਪੀਆਂ ਹੋਈਆਂ ਰਾਈਟ ਨਾਓ, ਪਵਿੱਤਰ ਆਤਮਾ ਯਿਸੂ ਮਸੀਹ ਦੇ ਨਾਮ 'ਚ ਤੇਰੀ ਸਾਮਰਥ ਉਹਨਾਂ ਨੂੰ ਟੱਚ ਕਰੇ, ਤੇਰੇ ਹੌਲੀ ਗੁਸ ਦੀ ਫਾਇਰ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਉਤਰੇ ਰਾਈਟ ਨਾਓ, ਸਾਰੀਆਂ ਦੁਸ਼ਟ ਆਤਮਾ ਦੇ ਉੱਤੇ ਹੌਲੀ ਗੁਸ ਤੇਰੀ ਫਾਇਰ ਕਾਰਿਆ ਕਰੇ, ਉਹਨਾਂ ਜਾਦੂ ਟੋਣਿਆਂ ਦੇ ਉੱਤੇ ਹੌਲੀ ਗੁਸ ਦੀ ਫਾਇਰ ਉਤਰੇ, ਫਾਇਰ ਉਤਰੇ, ਫਾਇਰ ਉਤਰੇ, ਫਾਇਰ ਉਤਰੇ, ਫਾਇਰ ਉਤਰੇ, ਫਾਇਰ ਉਤਰੇ। ਕਹੋ ਕਿ ਪਰਮੇਸ਼ਰ ਹਰ ਇੱਕ ਡਰ ਦਾ ਆਤਮਾ ਜੋ ਮੇਰੀ ਫੈਮਿਲੀ 'ਚ ਕੰਮ ਕਰਦਾ, ਮੇਰੀ ਲਾਈਫ 'ਚ ਕੰਮ ਕਰਦਾ, ਅੱਜ ਮੈਨੂੰ ਕਮਾਂਡ ਕਰਦਾ ਵਾਂ ਤੇਰੇ ਦਿੱਤੇ ਹੋਏ ਇਖਤਿਆਰਾਂ ਦੇ ਦੁਆਰਾ ਪਰਮੇਸ਼ੁਰ, ਉਸ ਅਥੋਰਿਟੀ ਨੂੰ ਮੈਂ ਯੂਜ਼ ਕਰਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ 'ਚ। ਹਰ ਡਰ ਦੀ ਗੰਦੀ ਆਤਮਾ ਦੇ ਉੱਤੇ ਹੌਲੀ ਗੁਸ ਦੀ ਫਾਇਰ ਉਤਰੇ, ਫਾਇਰ ਉਤਰੇ, ਫਾਇਰ ਉਤਰੇ, ਫਾਇਰ ਉਤਰੇ, ਫਾਇਰ ਉਤਰੇ, ਫਾਇਰ ਉਤਰੇ, ਫਾਇਰ ਉਤਰੇ। ਪਿਤਾ ਮੈਂ ਕਮਾਂਡ ਕਰਦੀ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ, ਤੇਰੀ ਦਾਸੀ ਹੁੰਦੇ ਅਧਿਕਾਰ ਨੂੰ ਪਰਮੇਸ਼ੁਰ ਮੈਂ ਯੂਜ਼ ਕਰਦੀ ਹਾਂ, ਔਰ ਹਰ ਇੱਕ ਡਰ ਦੇ ਆਤਮਾ ਨੂੰ ਮੈਂ ਕਮਾਂਡ ਕਰਦੀ ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਆਊਟ ਹੋਵੇ, ਆਊਟ ਹੋਵੇ, ਆਊਟ ਹੋਵੇ, ਆਊਟ ਹੋਵੇ। ਇਹਨਾਂ ਦੇ ਘਰਾਂ ਪਰਿਵਾਰਾਂ ਦੇ ਹਰ ਇੱਕ ਜਨ ਡਰ ਦੀ ਆਤਮਾ ਤੋਂ ਆਜ਼ਾਦ ਹੋਵੇ, ਇਹਨਾਂ ਦੇ ਘਰਾਂ ਨੇ ਆਜ਼ਾਦ ਹੋ ਜਾਣ, ਹਰ ਦੁਸ਼ਟ ਆਤਮਾ ਇਹਨਾਂ ਨੂੰ ਛੱਡ ਕੇ ਜਾਵੇ, ਹਰ ਇੱਕ ਜਾਦੂ ਟੋਣਾ ਛੱਡ ਕੇ ਜਾਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ 'ਚ। ਖੁਦਾਵਨ ਹਰ ਇੱਕ ਬੋਇਆ ਗਲਤ ਬੀਜ ਪਰਮੇਸ਼ੁਰ, ਸ਼ੈਤਾਨੀ ਬੀਜ ਜੋ ਇਹਨਾਂ ਦੇ ਘਰਾਂ ਵਿੱਚ ਕੰਮ ਕਰ ਰਿਹਾ, ਇਹਨਾਂ ਦੀਆਂ ਜ਼ਿੰਦਗੀਆਂ ਦੇ ਫਲਾਂ ਨੂੰ ਚੁਰਾ ਰਿਹਾ ਪਰਮੇਸ਼ੁਰ, ਉਹ ਗਲਤ ਬੀਜ, ਉਹ ਗੰਦਾ ਬੀਜ, ਉਹ ਪਾਪ ਦਾ ਬੀਜ ਜੋ ਇਹਨਾਂ ਦੇ ਘਰਾਂ ਪਰਿਵਾਰਾਂ 'ਚ, ਇਹਨਾਂ ਦੀਆਂ ਜ਼ਿੰਦਗੀਆਂ 'ਚ, ਇਹਨਾਂ ਦੇ ਬੱਚਿਆਂ 'ਚ, ਇਹਨਾਂ ਦੇ ਫਾਈਨੈਂਸ 'ਚ ਬੋਇਆ ਗਿਆ ਪਰਮੇਸ਼ੁਰ, ਖੁਦਾਵਨ ਅੱਜ ਉਹ ਸਾਰੇ ਗਲਤ ਬੀਜ ਇਹਨਾਂ ਦੇ ਘਰਾਨਿਆਂ 'ਚੋਂ, ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਆਊਟ ਹੋਣ, ਉਹ ਸ਼ੈਤਾਨੀ ਬੀਜ ਨਾਸ਼ ਹੋ ਜਾਣ, ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਗੁੱਤਰੇ, 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 ਅੱਗ ਗੁੱਤਰੇ। ਕਮਾਂਡ ਕਰੋ ਕਿ ਹਰ ਇੱਕ ਸ਼ੈਤਾਨੀ ਬੀਜ ਜੋ ਮੇਰੀ ਲਾਈਫ ਦੇ ਉੱਤੇ ਬੋਇਆ ਗਿਆ ਵਾ, ਮੇਰੀ ਲਾਈਫ ਦੇ ਕਿਸੇ ਵੀ ਹਿੱਸੇ, ਮੇਰੇ ਘਰਾਨੇ, ਮੇਰੇ ਬੱਚਿਆਂ 'ਚ, ਮੇਰੇ ਨਾਲ ਜੁੜੀ ਕਿਸੇ ਵੀ ਲਾਈਫ ਦੇ ਹਿੱਸੇ ਦੇ ਉੱਤੇ ਗਲਤ ਬੀਜ ਜੋ ਬੋਇਆ ਗਿਆ, ਉਸ ਉੱਤੇ ਪਵਿੱਤਰ ਆਤਮਾ ਦੀ ਅੱਗ ਨੂੰ ਰਿਲੀਜ਼ ਕਰੋ, ਔਰ ਉਸ ਬੀਜ ਨੂੰ ਨਾਸ਼ ਕਰੋ, ਤਾਂ ਕਿ ਉਹ ਗਲਤ ਬੀਜ ਗਲਤ ਫਲ ਨਾ ਦੇ ਸਕੇ। ਉਹਨੂੰ ਕਮਾਂਡ ਕਰੋ ਕਿ ਮੈਂ ਤੈਨੂੰ ਨਾਸ਼ ਕਰਦਾ ਯਿਸੂ ਮਸੀਹ ਦੇ ਨਾਂ 'ਚ, ਮੈਂ ਤੇਰੇ ਪਵਿੱਤਰ ਆਤਮਾ ਦੀ ਅੱਗ ਨੂੰ ਰਿਲੀਜ਼ ਕਰਦਾ। ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ। ਰੇ ਬੁਰੂ ਸ਼ੇਕੇ ਥੇਨੇ ਲੇਰੇ ਬੇਰੇ, ਸ਼ੇਕੇ ਥੇਨੇ ਲੇਰੇ ਬੇਰੇ, ਸ਼ੇਕੇ ਥੇਨੇ ਲੇਰੇ ਬੇਰੇ। ਔਰ ਮੇਰੀ ਪ੍ਰਾਰਥਨਾ ਜਿੰਨੇ ਖੁਦਾਵਨ ਅੱਜ ਦੇ ਪ੍ਰਾਰਥਨਾ ਨੂੰ ਪਰਮੇਸ਼ੁਰ, ਜਿੰਨੇ ਰੋਗੀ ਅੱਜ ਦੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਆ, ਅੱਜ ਉਹਨਾਂ ਸਭ ਰੋਗੀਆਂ ਦੇ ਉੱਤੇ ਤੇਰੇ ਹੌਲੀ ਗੁਸ ਦੀ ਫਾਇਰ ਉਤਰੇ। ਪਿਤਾ ਤੇਰੀ ਤੇਰੀ ਖੁਦਾਵਨ ਦਇਆ ਇੱਕ ਇੱਕ ਜਨ ਨੂੰ ਘੇਰੇ ਪਿਤਾ, ਉਹ ਚੰਗੇ ਹੋ ਜਾਣ ਲੋਰਡ, ਤੇਰੇ ਕੋੜੇ ਖਾਣ ਨਾਲ ਇੱਕ ਇੱਕ ਜਨ ਚੰਗਾ ਹੋ ਜਾਵੇ, ਇਹਨਾਂ ਦੇ ਰੋਗ ਇਹਨਾਂ ਨੂੰ ਛੱਡ ਕੇ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਹਰ ਪੇਨ ਇਹਨਾਂ ਨੂੰ ਛੱਡ ਕੇ ਜਾਵੇ ਪਰਮੇਸ਼ੁਰ, ਇਹਨਾਂ ਦੀਆਂ ਬ੍ਰੈਸਟ ਪੇਨ ਤੋਂ ਰਾਈਟ ਨਾਓ ਚੰਗੇ ਹੋ ਜਾਣ ਪਿਤਾ। ਖੁਦਾਵਨ ਮੈਂ ਪ੍ਰਾਰਥਨਾ ਕਰਦੀ ਇਹਨਾਂ ਦੇ ਕਮਰ ਦਰਦ ਪਰਮੇਸ਼ੁਰ, ਖੁਦਾਵਨ ਇਹਨਾਂ ਨੂੰ ਛੱਡ ਕੇ ਜਾਣ ਰਾਈਟ ਨਾਓ, ਇਹਨਾਂ ਦੇ ਪਰਮੇਸ਼ੁਰ ਨੋਵਾ ਦੀ ਇਨਫੈਕਸ਼ਨ ਰਾਈਟ ਨਾਓ, ਨੇਲਸ ਇਨਫੈਕਸ਼ਨ ਬੀ ਹੀਲ ਇਨ ਦਾ ਮਾਈਟੀ ਨੇਮ ਆਫ ਜੀਸਸ, ਰਾਈਟ ਨਾਓ ਬੀ ਹੀਲ ਇਨ ਦਾ ਮਾਈਂਡ ਆਫ ਜੀਸਸ। ਆਈ ਕਮਾਂਡ ਯੂ ਡੈਵਲ, ਹਰ ਇਨਫੈਕਸ਼ਨ, ਹਰ ਵਾਇਰਸ,
ਹਰ ਇੱਕੋ ਬਿਮਾਰੀ ਤੁਹਾਡੀ ਬੋਡੀ 'ਚੋਂ, ਤੁਹਾਡੇ ਕਰਾਨਿਆਂ 'ਚੋਂ, ਤੁਹਾਡੇ ਬੱਚਿਆਂ 'ਚੋਂ ਆਊਟ ਹੋਵੇ, ਆਊਟ ਹੋਵੇ, ਆਊਟ ਹੋਵੇ, ਆਊਟ ਹੋਵੇ, ਆਊਟ ਹੋਵੇ, ਆਊਟ ਹੋਵੇ। ਮੈਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਕਮਾਂਡ ਕਰਦੀ ਹਾਂ, ਜਿੰਨੇ ਗਲੇ ਦੇ ਰੋਗੀ ਆ ਆਪਣੇ ਗਲਿਆਂ ਨੂੰ ਟੱਚ ਕਰੋ, ਔਰ ਮੈਂ ਕਮਾਂਡ ਕਰਦੀ ਹਰ ਇਨਫੈਕਸ਼ਨ ਤੁਹਾਡੇ ਗਲਿਆਂ ਨੂੰ ਛੱਡ ਕੇ ਜਾਵੇ, ਹਰ ਦੁਸ਼ਟ ਆਤਮਾ ਤੁਹਾਡੇ ਗਲਿਆਂ 'ਚੋਂ ਆਊਟ ਹੋਵੇ। ਡੈਵਲ ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ। ਔਰ ਰਾਈਟ ਨਾਉ ਤੁਹਾਡੀਆਂ ਸਕਿਨ ਡਿਜ਼ੀਜ਼ ਪਰਮੇਸ਼ਰ ਯੇਸ਼ੂ ਮਸੀਹ ਦੇ ਨਾਮ 'ਚ ਚੰਗੀਆਂ ਹੋ ਜਾਣ। ਰਾਈਟ ਨਾਉ ਬੀ ਹੀਲ ਇਨ ਦਾ ਮਾਈਟੀ ਨੇਮ ਆਫ ਜੀਸਸ। ਅੰਧੀਆਂ, ਗੁੰਗੀਆਂ, ਬਹਿਰੀਆਂ ਆਤਮਾਵਾਂ ਆਊਟ ਇਨ ਦਾ ਮਾਈਟੀ ਨੇਮ ਆਫ ਜੀਸਸ। ਤੁਹਾਡੇ ਲੀਵਰ ਰਾਈਟ ਨਾਓ ਬੀ ਹੀਲ ਇਨ ਦਾ ਨੇਮ ਆਫ ਜੀਸਸ। ਤੁਹਾਡੀਆਂ ਕਿਡਨੀਆਂ ਰਾਈਟ ਨਾਓ ਬਲ ਪਾਉਣ, ਬੀ ਹੀਲ ਇਨ ਦਾ ਮਾਈਟੀ ਨੇਮ ਆਫ ਜੀਸਸ। ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਹਰ ਇੱਕ ਰੋਗੀ ਚੰਗਾ ਹੋ ਜਾਵੇ, ਹਰ ਇੱਕ ਦੁਸ਼ਟ ਆਤਮਾ ਤੁਹਾਡੇ ਘਰਾਂ ਪਰਿਵਾਰਾਂ ਨੂੰ ਜਾਦੂ ਟੋਣੇ ਛੱਡ ਕੇ ਜਾਣ। ਫੇਲੀਅਰ ਸਪਿਰਟ, ਡਿਲੇ ਦੀਆਂ ਆਤਮਾਵਾਂ ਤੁਹਾਡੇ ਘਰਾਨਿਆਂ 'ਚੋਂ, ਤੁਹਾਡੇ ਫਾਈਨੈਂਸ 'ਚੋਂ, ਤੁਹਾਡੀ ਬੇਬੀ ਬਲੈਸਿੰਗ 'ਚੋਂ, ਤੁਹਾਡੀ ਜੌਬ 'ਤੋਂ, ਤੁਹਾਡੇ ਡਾਕੂਮੈਂਟਸ, ਤੁਹਾਡੀਆਂ ਫਾਈਲਾਂ 'ਚੋਂ ਮੈਂ ਕਮਾਂਡ ਕਰਦੀ ਆਊਟ ਹੋ ਜਾਣ, ਆਊਟ ਹੋ ਜਾਣ, ਆਊਟ ਹੋ ਜਾਣ, ਆਊਟ ਹੋ ਜਾਣ। ਡੈਵਲ ਕੈਟ ਫਾਇਰ, ਕੈਟ ਫਾਇਰ, ਕੈਟ ਫਾਇਰ, ਕੈਟ ਫਾਇਰ ਇਨ ਦਾ ਮਾਈਟੀ ਨੇਮ ਆਫ ਜੀਸਸ। ਰੇ ਪੁਰੋ ਸ਼ੇਕੇ ਥੇਨੇ ਲੇਰੇ ਬੇਰੇ, ਸ਼ੇਕੇ ਥੇਨੇ ਲੇਰੇ ਬੇਰੇ, ਸ਼ੇਕੇ ਥੇਨੇ ਲੇਰੇ ਬੇਰੇ। ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਇਹਨਾਂ ਦੇ ਡਾਕੂਮੈਂਟਸ, ਇਹਨਾਂ ਦੀਆਂ ਫਾਈਲਸ ਫੇਵਰ ਪਾਉਣ ਪਿਤਾ, ਹੱਡੀ ਲਈ ਇਹਨਾਂ ਨੂੰ ਛੱਡ ਕੇ ਜਾਵੇ। ਜਿੰਨੇ ਡੈਵਲ ਨੇ ਇਹਨਾਂ ਦੀਆਂ ਬਲੈਸਿੰਗ ਦੇ ਰਸਤਿਆਂ ਨੂੰ ਬੰਦ ਕੀਤਾ, ਇਹਨਾਂ ਦੇ ਫੇਥ ਨੂੰ ਕਮਜ਼ੋਰ ਕੀਤਾ, ਪਰਮੇਸ਼ਰ ਇਹਨਾਂ ਦੀਆਂ ਸਪਿਰਚੁਅਲ ਲਾਈਫ 'ਤੇ ਅਟੈਕ ਕਰ ਰਹੀਆਂ ਦੁਸ਼ਟ ਆਤਮਾ, ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ, ਸਭ ਬੰਦ ਦਰਵਾਜ਼ਿਆਂ ਦੇ ਉੱਤੇ ਹੌਲੀ ਗੋਸ ਦੀ ਫਾਇਰ ਉੱਤਰੇ, 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 ਫਾਇਰ ਉੱਤਰੇ ਇਨ ਦਾ ਨੇਮ ਆਫ ਜੀਸਸ। ਪਿਤਾ ਇਹਨਾਂ ਦੀ ਲਾਈਫ ਦੇ ਹਰ ਹਿੱਸੇ ਤੋਂ ਪਰਮੇਸ਼ਰ, ਦੁਸ਼ਟ ਆਤਮਾ ਤੋਂ ਇਹਨਾਂ ਨੂੰ ਆਜ਼ਾਦ ਕਰ ਪਰਮੇਸ਼ਰ, ਤੇਰੇ ਦਇਆ ਨੂੰ ਪਰਮੇਸ਼ਰ, ਤੇਰੇ ਲੋਕਾਂ ਦੇ ਲਈ ਮੰਗਦੀ ਪਿਤਾ। ਮੈਂ ਤੇਰਾ ਧੰਨਵਾਦ ਕਰਦੀ, ਇੱਕ ਇੱਕ ਜਨ ਚੰਗਾ ਹੋ ਚੁੱਕਿਆ ਪਿਤਾ ਖੁਦਾਵਨ, ਇੱਕ ਇੱਕ ਜਨ ਆਜ਼ਾਦ ਹੋ ਚੁੱਕਿਆ ਪਰਮੇਸ਼ਰ, ਕਿਉਂਕਿ ਤੂੰ ਸਦਾ ਹੀ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਉੱਤਰ ਦੇਣਾ। ਔਰ ਪਿਤਾ ਮੇਰਾ ਫੇਥ ਆ, ਮੈਂ ਤੇਰਾ ਥੈਂਕਸ ਗਿਵਿੰਗ ਕਰਦੀ। ਬਹੁਤ ਸਾਰੇ ਲੋਕ ਖੁਦਾਵਨ ਤੇਰੀ ਮਹਿਮਾ ਦੇ ਲਈ, ਤੇਰੀ ਟੈਸਟ ਮਨੀ ਦੇ ਨਾਲ ਵਾਪਸ ਆ ਰਹੇ ਪਰਮੇਸ਼ਰ, ਇੱਕ ਇੱਕ ਜਨ ਨੂੰ ਤੂੰ ਛੂ ਚੁੱਕਿਆ ਪਰਮੇਸ਼ਰ, ਇਹਨਾਂ ਦੀਆਂ ਬੈਸਟ ਜੋਬ ਇਹਨਾਂ ਦੀ ਲਾਈਫ ਦਾ ਹਿੱਸਾ ਵਾ, ਹਰ ਕਲੇਸ਼ ਇਹਨਾਂ ਦੇ ਘਰਾਂ ਪਰਿਵਾਰਾਂ 'ਚੋਂ ਆਊਟ ਹੋ ਚੁੱਕਿਆ ਪਰਮੇਸ਼ਰ ਖੁਦਾਵਨ। ਇਹਨਾਂ ਦੇ ਸ਼ੈਤਾਨ ਨੇ ਜੋ ਇਹਨਾਂ ਦੇ ਪਰਿਵਾਰਾਂ ਨੂੰ ਜਕੜਿਆ, ਜੋ ਕਲੇਸ਼ ਦਾ ਕਾਰਨ ਬਣ ਰਿਹਾ, ਕਲੇਸ਼ ਦੀਆਂ ਆਤਮਾਵਾਂ ਪਰਮੇਸ਼ਰ, ਦੁਸ਼ਟ ਆਤਮਾ ਇਹਨਾਂ ਦੇ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਛੱਡ ਕੇ ਜਾ ਰਹੀਆਂ ਪਰਮੇਸ਼ਰ ਖੁਦਾਵਨ, ਉਹ ਡੈਵਲਿਸ਼ ਲੋਕ ਇਹਨਾਂ ਦੇ ਘਰਾਂ ਪਰਿਵਾਰਾਂ 'ਚੋਂ ਆਊਟ ਹੋ ਰਹੇ, ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਆਊਟ ਹੋ ਰਹੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ 'ਚ ਖੁਦਾਵਨ। ਔਰ ਲੋ ਖੁਦਾਵਨ, ਤੇਰੇ ਹੈਵਨਲੀ ਲੋਕ ਇਹਨਾਂ ਦੀਆਂ ਲਾਈਫਾਂ 'ਚ, ਇਹਨਾਂ ਦੇ ਘਰਾਨਿਆਂ 'ਚ ਐਂਟਰ ਕਰਨ ਪਰਮੇਸ਼ਰ, ਡਿਵਾਈਨ ਸੈਲਪਰ ਐਂਟਰ ਕਰਨ ਤੇਰੇ ਜੀਵਿਤ ਨਾਮ 'ਚ ਖੁਦਾਵਨ। ਖੁਦਾ ਮੈਂ ਤੇਰੇ ਲੋਕਾਂ ਨੂੰ ਤੇਰੇ ਹੱਥਾਂ 'ਚ ਦਿੰਦੀ ਪਿਤਾ, ਯਹੋਵਾ ਤੇਰਾ ਲਹੂ ਇਹਨਾਂ ਨੂੰ ਛਿਪਾਵੇ ਖੁਦਾਵਨ, ਤੇ ਉਹਨਾਂ ਦੇ ਲਈ ਬੰਦ ਰਸਤਿਆਂ ਨੂੰ ਖੋਲ੍ਹੇ। ਅੱਜ ਜਿੰਨੇ ਕੰਮ ਕਰ, ਉਹਨਾਂ 'ਤੇ ਬਰਕਤ ਦੇ, ਇਹਨਾਂ ਦਾ ਆਉਣਾ ਜਾਣਾ ਮੁਬਾਰਕ ਕਰ ਪਰਮੇਸ਼ਰ, ਇਹਨਾਂ ਦੀਆਂ ਗੱਡੀਆਂ ਵਾਹੀਕਲਸ, ਇਹਨਾਂ ਦੇ ਬੱਚੇ ਪਰਿਵਾਰ, ਇੱਕ ਇੱਕ ਜਨ ਨੂੰ ਮੈਂ ਤੇਰੇ ਹੱਥਾਂ 'ਚ ਦਿੰਦੀ ਪਰਮੇਸ਼ਰ, ਤੇਰੇ ਸਵਰਗੀ ਦੂਤ ਇਹਨਾਂ ਦੇ ਅੱਗੇ ਹੋ ਕੇ ਚੱਲਣ ਪਰਮੇਸ਼ਰ। ਔਰ ਖੁਦਾਵਨ, ਜਿਹੜੇ ਤੇਰੇ ਘਰ ਦੇ ਵਿੱਚ ਆਉਣ ਪਿਤਾ, ਇਹ ਵੱਡੀਆਂ ਗਵਾਹੀਆਂ ਦੇ ਨਾਲ ਆਉਣ ਪਰਮੇਸ਼ਰ ਖੁਦਾਵਨ, ਤੇਰੀ ਮਹਿਮਾ, ਤੇਰੇ ਨਾਮ ਨੂੰ ਜਲਾਲ ਦਿੰਦਿਆਂ ਹੋਇਆ ਪਰਮੇਸ਼ਰ।
ਔਰ ਖੁਦਾਵੰਦ ਇਹਨਾਂ ਦੀਆਂ ਗੱਡੀਆਂ ਵਾਹੀਕਲਸ ਨੂੰ ਮੈਂ ਤੇਰੇ ਲਹੂ 'ਚ ਛਿਪਾਉਂਦੀ, ਤੇਰੇ ਹੱਥਾਂ 'ਚ ਦਿੰਦੀ ਹਾਂ। ਹਰ ਬੈਡ ਨਿਊਜ਼ ਨੂੰ, ਹਰ ਐਕਸੀਡੈਂਟਲ ਸਪਿਰਿਟ ਨੂੰ ਮੈਂ ਕੈਂਸਲ ਕਰਦੀ ਹਾਂ, ਹਰ ਹਾਦਸੇ ਦੀ ਗੰਦੀ ਆਤਮਾ ਨੂੰ ਮੈਂ ਨਾਸ਼ ਕਰਦੀ ਹਾਂ ਪਰਮੇਸ਼ਰ। ਔਰ ਖੁਦਾਵੰਦ ਇਹ ਲੌਂਗ ਲਾਈਫ ਜੀਣ ਪਰਮੇਸ਼ਰ, ਇਹ ਲੰਬਾ ਜੀਣ ਤੇਰੇ ਨਾਮ ਵਿੱਚ ਜੀਣ, ਇਹ ਸ਼ਾਂਤੀ ਪੀਸ ਦੇ ਨਾਲ ਜੀਣ ਪਿਤਾ, ਆਨੰਦ ਦੇ ਨਾਲ ਜੀਣ ਪਰਮੇਸ਼ਰ। ਔਰ ਤੇਰੀ ਦਇਆ, ਤੇਰੀ ਕਰੁਣਾ, ਤੇਰੀ ਸ਼ਾਂਤੀ ਇਹਨਾਂ ਦੇ ਘਰਾਂ ਪਰਿਵਾਰਾਂ ਵਿੱਚ, ਇਹਨਾਂ ਦੀਆਂ ਜ਼ਿੰਦਗੀਆਂ 'ਚ ਪਰਮੇਸ਼ਰ ਐਂਟਰ ਕਰੇ ਔਰ ਇਹ ਜੈਕਾਰਿਆਂ ਦੇ ਨਾਲ ਵਾਪਸ ਆਉਣ ਪਿਤਾ। ਸਭ ਜਨ ਥੈਂਕ ਯੂ ਜੀਸਸ ਕਹਿੰਦਿਆਂ ਹੈ ਪਰਮੇਸ਼ਰ ਕਿ ਤੂੰ ਮੇਰੀਆਂ ਪ੍ਰਾਰਥਨਾਵਾਂ ਦੇ ਉੱਤਰ ਦੇ ਚੁੱਕਿਆ ਪਰਮੇਸ਼ਰ। ਖੁਦਾਵੰਨ ਯਹੋਵਾ ਮੈਂ ਤੇਰਾ ਧੰਨਵਾਦ ਕਰਦਾ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਜਿਸ ਤਰ੍ਹਾਂ ਪਰਮੇਸ਼ਰ ਨੇ ਲਾਜ਼ਰ ਨੂੰ ਪਹਿਲਾਂ ਜ਼ਿੰਦਾ ਕਰਨ ਤੋਂ ਪਹਿਲਾਂ ਪਰਮੇਸ਼ਰ ਨੇ ਥੈਂਕਸ ਗਿਵਿੰਗ ਦਿੱਤੀ, ਉਸੇ ਤਰ੍ਹਾਂ ਅੱਜ ਦੀਆਂ ਡਿਕਲੇਰੇਸ਼ਨ ਨੂੰ ਲੈਣ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰੋ ਕਿ ਪਰਮੇਸ਼ਰ ਜਿੰਨੀਆਂ ਡਿਕਲੇਰੇਸ਼ਨ, ਜਿੰਨੀਆਂ ਪ੍ਰਾਰਥਨਾਵਾਂ ਮੈਂ ਕੀਤੀਆਂ ਖੁਦਾਵੰਦ ਤੂੰ ਉਹਨਾਂ ਦੇ ਉੱਤਰ ਦੇ ਚੁੱਕਿਆ ਪਿਤਾ, ਮੈਂ ਤੇਰਾ ਧੰਨਵਾਦ ਕਰਦਾ। ਜਿੱਦਾਂ ਹੀ ਪਿਤਾ ਪ੍ਰਭੂ ਯਿਸੂ ਮਸੀਹ ਨੇ ਧੰਨਵਾਦ ਕੀਤਾ, ਉਹ ਚੌਥੇ ਦਿਨ ਦਾ ਮੁਰਦਾ ਲਾਜ਼ਰ ਬਾਹਰ ਆ ਗਿਆ, ਜਿੱਦਾਂ ਹੀ ਪਰਮੇਸ਼ਰ ਨੇ ਉਹ ਥੋੜ੍ਹੀਆਂ ਜਿਹੀਆਂ ਰੋਟੀਆਂ ਨੂੰ ਲੈ ਕੇ ਸ਼ੁਕਰ ਗੁਜ਼ਾਰੀ ਕੀਤੀ ਅਤੇ ਉਹ ਮਲਟੀਪਲਾਈ ਹੋਈਆਂ, ਪਰਮੇਸ਼ਰ ਨੇ ਉਹਨੂੰ ਬਰਕਤ ਦਿੱਤੀ ਅਤੇ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਉਹ ਬਹੁਤ ਸਾਰਿਆਂ ਨੂੰ ਦਿੱਤੀਆਂ ਗਈਆਂ। ਇਸ ਲਈ ਧੰਨਵਾਦ ਦੀ ਪੇਂਟ ਪਰਮੇਸ਼ਰ ਦੇ ਅੱਗੇ ਚੜਾਉਣਾ ਤਾਂ ਕਿ ਪਰਮੇਸ਼ਰ ਤੁਹਾਨੂੰ ਮਲਟੀਪਲਾਈ ਕਰ ਸਕਣ, ਤੁਹਾਨੂੰ ਬਲੈਸ ਕਰ ਸਕਣ। ਸੋ ਕਹੋ ਕਿ ਪਰਮੇਸ਼ਰ ਅੱਜ ਦੀ ਮੇਰੀ ਇੱਕ ਇੱਕ ਡਿਕਲਰੇਸ਼ਨ ਖੁਦਾਵੰਨ ਮੇਰੀ ਲਾਈਫ 'ਚ ਤੂੰ ਪੂਰੀ ਕਰ ਚੁੱਕਿਆ, ਮੈਂ ਤੇਰਾ ਧੰਨਵਾਦ ਕਰਦਾ, ਮੈਂ ਤੇਰੀ ਗਵਾਹੀ ਨੂੰ ਛਿਪਾਵਾਂਗਾ ਨਹੀਂ ਪਰਮੇਸ਼ਰ, ਬਲਕਿ ਮੈਂ ਤੇਰੀ ਮਹਿਮਾ ਦੇ ਨਾਲ ਦਲੇਰ ਹੋ ਕੇ ਪਰਮੇਸ਼ਰ ਤੇਰੇ ਕੰਮਾਂ ਨੂੰ ਪਰਮੇਸ਼ਰ ਤੇਰੇ ਲੋਕਾਂ ਦੇ ਵਿੱਚ ਸੁਣਾਵਾਂਗਾ ਔਰ ਮੈਂ ਤੇਰਾ ਧੰਨਵਾਦ ਕਰਾਂਗਾ ਪਰਮੇਸ਼ਰ। ਸੋ ਕਹੋ ਕਿ ਪਰਮੇਸ਼ਰ ਤੇਰਾ ਧੰਨਵਾਦ ਹੋ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਦੇ ਜੀਵਿਤ ਅਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ।